ਬਾਬਾ ਗੁਰੂ ਨਾਨਕ ਜੀ ਨਾਲ ਮੇਰੇ ਬਜ਼ੁਰਗ ਭਾਈ ਮਰਦਾਨਾ ਜੀ ਉਹ ਨਾਲ ਸਨ, ਉਹਨਾਂ ਦੇ ਉਹ ਰਬਾਬ ਵਜਾਉਂਦੇ ਸਨ। ਭਾਈ ਮਰਦਾਨਾ ਦੀ ਬਰਾਦਰੀ ਦੇ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਪੰਜਾਬ ਵਿੱਚ ਗੁਰਦੁਆਰਾ, ਦਰਬਾਰਾਂ ਅਤੇ ਮੰਦਰਾਂ ਵਿੱਚ ਸੰਗੀਤ ਦਾ ਸਿਲਸਿਲਾ ਕਾਇਮ ਰਿਹਾ ਅਤੇ ਰਬਾਬੀ ਨਾਂ ਇਹਨਾਂ ਲੋਕਾਂ ਦੀ ਪਹਿਚਾਣ ਬਣਿਆ। ਰਬਾਬੀ ਸਿਲਸਿਲੇ ਦੇ ਇਹ ਲੋਕ ਮੁਸਲਮਾਨ ਹੋਣ ਦੀ ਵਜ੍ਹਾ ਤੋਂ ਪਾਰਟੀਸ਼ਨ ਦੇ ਬਾਅਦ ਲਾਹੌਰ ਆ ਗਏ ਅਤੇ ਇੱਥੇ ਰੇਡੀਓ ਅਤੇ ਫਿਲਮ ਇੰਡਸਟਰੀ ਨਾਲ ਜੁੜ ਕੇ ਉਹਨਾਂ ਨੇ ਮੌਸੀਕੀ ਦਾ ਸਿਲਸਿਲਾ ਜਾਰੀ ਰੱਖਿਆ। ਅੱਜ ਦੀ ਲਾਹੌਰ ਡਾਇਰੀ ਦੀ ਐਪੀਸੋਡ ਵਿੱਚ ਅਸੀਂ ਇੱਕ ਇਹੋ ਜਿਹੇ ਰਬਾਬੀ ਖਾਨਦਾਨ ਦੇ ਬਾਰੇ 'ਚ ਗੱਲ ਕਰਾਂਗੇ। ਸਾਡੀ ਜਿਹੜੀ ਰਿਵਾਇਤ ਹੈ ਪੰਜਾਬ ਦੀ, ਉਹਦੇ ਵਿੱਚ ਇੱਕ ਗੱਲ ਬੜੀ ਵੇਖਣ ਵਾਲੀ ਹੈ ਕਿ ਸਾਡੀ ਸਾਰੀ ਜਿਹੜੀ ਬਜ਼ੁਰਗਾਂ ਦਾ ਕਲਾਮ ਹੈ, ਉਹ ਮਜ਼ਹਬੀ ਹੋਵੇ ਜਾਂ ਗੈਰ ਮਜ਼ਹਬੀ ਹੋਵੇ, ਰੂਹਾਨੀ ਹੋਵੇ ਜਾਂ ਸੈਕੂਲਰ ਹੋਵੇ, ਉਹ ਅਕਸਰ ਕਲਾਮ ਐਸਾ ਹੈ ਜਿਹੜਾ ਕਿ ਗਾਇਆ ਜਾਂਦਾ ਹੈ, ਜਿਸ ਦਾ ਮਤਲਬ ਹੈ ਉਹਦਾ ਸੰਗੀਤ ਨਾਲ ਗਹਿਰਾ ਰਿਸ਼ਤਾ ਹੈ। ਉਸ ਤੋਂ ਬਾਅਦ ਉਹਨੂੰ ਪਾਪੂਲਰ ਕਰਨ ਵਾਸਤੇ, ਉਹਨੂੰ ਡਿਸੈਮੀਨੇਟ ਕਰਨ ਵਾਸਤੇ, ਲੋਕਾਂ ਤੱਕ ਪਹੁੰਚਾਉਣ ਵਾਸਤੇ ਗਾਇਕ ਸਭ ਤੋਂ ਬਿਹਤਰੀਨ ਜ਼ਰੀਆ ਸੀ। ਸ਼ਾਸਤਰ ਬੋ ਸਮਿਰਤੀ ਬੋ ਸ਼ਾਸਤਰ ਬੋ ਸਮਿਰਤੀ ਪੇਖੇ ਸਰਬ ਟੰਡੋ ਬੋ ਸ਼ਾਸਤਰ ਬੋ ਸਮਿਰਤੀ। ਅਤੇ ਸਾਡਾ ਜਿਹੜਾ ਘਰਾਨਾ ਉਹ ਗਵਾਲੀਆ ਦਾ, ਔਰ ਗਵਾਲੀਅਰ ਦੇ ਜਿਹੜੇ ਬਾਨੀ ਨੇ ਉਹ ਮੀਆਂ ਤਾਨ ਸੈਨ ਜੀ ਨੇ, ਅਤੇ ਸਾਡੀ ਜਿਹੜੀ ਪੀੜ੍ਹੀ ਆ ਉਹ 11ਵੀਂ ਪੀੜ੍ਹੀ ਸ਼ੁਰੂ ਹੈ ਮੀਆਂ ਤਾਨ ਸੈਨ ਜੀ ਤੋਂ ਲੈ ਕੇ ਹੁਣ ਤੱਕ। ਅਤੇ ਬਾਬਾ ਗੁਰੂ ਨਾਨਕ ਜੀ ਕਰਦੇ ਸਨ ਕਿ ਮਸਲ ਸ਼ਾਇਰੀ ਕਰਦੇ ਸਨ, ਅਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਕਿ ਤੂੰ ਇੱਥੇ ਬੰਦਿਸ਼ ਬਣਾ, ਉਹ ਫਿਰ ਬੰਦਿਸ਼ ਬਣਾਉਂਦੇ ਸਨ ਰਬਾਬ ਦੇ ਨਾਲ, ਅਤੇ ਇਸ ਤਰ੍ਹਾਂ ਉਹਨਾਂ ਦਾ ਪ੍ਰਚਾਰ ਹੁੰਦਾ ਰਿਹਾ। ਉਹਨਾਂ ਦਾ ਗੱਠਜੋੜ ਬੜਾ ਸੱਚਾ ਅਤੇ ਸੁੱਚਾ ਸੀ। ਅਤੇ ਕੁਛ ਲੋਕ ਹਿਸਟਰੀ ਸਮਝਦੇ ਨੇ ਕਿ ਉਹਨਾਂ ਦੀ ਬਰਾਦਰੀ ਹੈ, ਕੁਛ ਲੋਕ ਕਹਿੰਦੇ ਨੇ ਔਲਾਦ ਹੈ, ਲੇਕਿਨ ਤਕਰੀਬਨ ਮੰਨਿਆ ਹੀ ਜਾਂਦਾ ਕਿ ਭਾਈ ਮਰਦਾਨਾ ਜੀ ਦੀ ਬਰਾਦਰੀ ਹੈ ਖਾਸ ਤੌਰ 'ਤੇ। ਜਿਹੜੀ ਰਬਾਬੀ ਟ੍ਰੈਡੀਸ਼ਨ ਆ, ਉਹਦਾ ਸ਼ਬਦ ਕੀਰਤਨ ਅਤੇ ਸ਼ਲੋਕ, ਇਹ ਚੀਜ਼ਾਂ ਖਾਸ ਤੌਰ 'ਤੇ ਗਾਈਆਂ ਜਾਂਦੀਆਂ, ਕੰਪੋਜ਼ ਕੀਤੀਆਂ ਜਾਂਦੀਆਂ। ਜਿਸ ਤਰ੍ਹਾਂ ਤੁਸੀਂ ਕਾਫੀ ਗਾਇਕੀ ਗਾਉਂਦੇ ਹੋ, ਠੁਮਰੀ ਗਾਇਕੀ ਗਾਉਂਦੇ ਹੋ, ਅਸਥਾਈ ਅੰਤਰੇ ਪ੍ਰੋਪਰ ਲਿਖੇ ਜਾਂਦੇ ਨੇ, ਇਸੇ ਤਰ੍ਹਾਂ ਹੀ ਬਾਬਾ ਸਾਹਿਬ ਦੀ ਵੀ ਸ਼ਾਇਰੀ ਹੈ, ਉਹਨੂੰ ਕੰਪੋਜ਼ ਕੀਤਾ ਜਾਂਦਾ, ਜਸਟ ਐ ਹੈ ਪੋਇਟਰੀ ਨੂੰ। ਹਮ ਮੈਲੇ ਸੁਮ ਓ ਜਲ ਕਰ ਸੇ, ਹਮ ਮੈਲੇ ਸੁਮ ਓ ਜਲ ਕਰ ਸੇ, ਹਮ ਨਿਰਗੁਣ ਤੂੰ ਦਾਸਾ, ਹਮ ਮੈਲੇ ਸੁਮ ਓ ਜਲ ਕਰ ਸੇ, ਹਮ ਮੂਰਖ ਸੂ ਸਸਰ ਸਿਆਣੇ,
ਤੂੰ ਸਰਬ ਕਲਾ ਕਾ ਗਿਆਸਾ ਹਮ ਮੈਲੇ ਸੁਮ ਉਝਲ ਕਰ ਸੇ ਹਮ ਮੈਲੇ ਸੁਮ ਉਝਲ ਕਰ ਸੇ। ਤਿੰਨ ਚੀਜ਼ਾਂ ਮੋਟੀਵੇਟ ਹਮੇਸ਼ਾ ਕਰਦੀਆਂ, ਇੱਕ ਤਾਂ ਮੇਰੀ ਲੈਗਸੀ ਜਿਹਨੂੰ ਮੈਂ ਛੱਡਣਾ ਨਹੀਂ ਚਾਹੁੰਦਾ, ਦੂਸਰੀ ਮੇਰੀ ਆਪਣੀ ਸੋਲ ਹੈ ਜਿਹੜੀ ਚਾਹੁੰਦੀ ਕਲਾਸੀਕਲ ਮਿਊਜ਼ਿਕ ਕਰਨਾ। ਹਮੇਸ਼ਾ ਆਰਟ ਜਾਂ ਸ਼ੌਕ ਉਹੀ ਹੁੰਦਾ ਹੈ ਜਿਹੜਾ ਤੁਹਾਨੂੰ ਅੰਦਰ ਹੋਵੇ ਖੁਦ, ਮਾਰ ਕੁੱਟ ਕੇ ਤਾਂ ਤੁਸੀਂ ਕਿਸੇ ਨੂੰ ਇੰਜੀਨੀਅਰ ਵੀ ਨਹੀਂ ਬਣਾ ਸਕਦੇ। ਈਵਨ ਕਿ ਉਹ ਮੇਰੇ ਦੋਸਤ ਮੈਨੂੰ ਕਹਿ ਰਹੇ ਹੁੰਦੇ ਨੇ ਯਾਰ ਕਿਹੜੇ ਪਾਸੇ ਪੈ ਗਿਆ ਯਾਰ ਤੂੰ, ਛੱਡ ਇਹਦੇ 'ਚ ਕੀ ਪਿਆ, ਲੇਕਿਨ ਮੈਂ ਜਾਣਨਾ ਕਿ ਇਹਦੇ 'ਚ ਕੀ ਪਿਆ, ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਫਿਰ ਮਾਈਗ੍ਰੇਟ ਕਰਕੇ ਅਸੀਂ ਇੱਥੇ ਆ ਗਏ, ਇੱਥੇ ਜੋ ਹਾਲਾਤ ਸਨ ਤੁਹਾਨੂੰ ਪਤਾ ਮਿਊਜ਼ਿਕ ਦਾ, ਕਿ ਨਵਾਂ ਨਵਾਂ ਪਾਕਿਸਤਾਨ ਬਣਿਆ ਸੀ, ਨਾ ਕੋਈ ਮਹਿਫਲ, ਨਾ ਕੋਈ ਫੈਸਟੀਵਲ, ਨਾ ਕੋਈ ਐਸਾ ਅਦਾਰਾ, ਕਿਉਂਕਿ ਜਿੱਥੇ ਆਪਣੇ ਪੈਰਾਂ 'ਤੇ ਇਹਨੇ ਖੜ੍ਹਾ ਹੋਣਾ, ਲੇਕਿਨ ਉਹਨਾਂ ਨੇ ਜਦੋਂ ਜਹਿਦ ਜਾਰੀ ਰੱਖੀ ਅੱਲਾਹ ਤਾਲਾ ਨੇ, ਇਸੇ ਮੁਲਕ 'ਚ ਅੱਲਾਹ ਨੇ ਅਰੂਜ ਨਾਮ ਇੱਜ਼ਤ ਆਬਰੂ ਦਿੱਤੀ। ਸੋ ਇਸ ਵਾਸਤੇ ਜਿਹੜੇ ਰਬਾਬੀ ਅਦਰ ਆਏ ਉਹ ਬੜੇ ਅੱਛੇ ਮਿਊਜ਼ੀਸ਼ੀਅਨਸ, ਕੰਪੋਜ਼ਰਸ, ਵੱਡੇ ਵੱਡੇ ਔਰ ਮਿਊਜ਼ੀਸ਼ੀਅਨ ਜਿਹੜੇ ਸਨ ਉਹ ਪੈਦਾ ਹੋਏ, ਲੇਕਿਨ ਉਹ ਜ਼ਾਹਿਰ ਹੈ ਉਹ ਜਿਹੜੀ ਪੁਰਾਣੀ ਰੀਤ ਆ ਰਹੀ ਸੀ ਦਰਬਾਰ ਸਾਹਿਬ ਦੇ ਨਾਲ ਜਾਂ ਗੁਰਦੁਆਰਿਆਂ ਦੇ ਨਾਲ, ਉਹ ਨਹੀਂ ਰਹੀ, ਉਹ ਤਾਂ ਮੁੱਕ ਮੁੱਕ ਆ ਗਈ ਉਹ। ਅਤੇ ਹੁਣ ਤਾਂ ਉਹ ਹਿਸਾਬ ਹੈ, ਹੜ੍ਹ ਆਉਂਦਾ ਨਾ ਦਰਿਆ, ਜਿਵੇਂ ਹੜ੍ਹ ਸ਼ਹਿਰੋ ਸ਼ਹਿਰ ਹੀ ਹੋਇਆ ਹੁੰਦਾ, ਪਾਣੀ ਪਾਣੀ ਹੋਇਆ ਹੁੰਦਾ, ਤਾਂ ਕੀ ਹੁੰਦਾ, ਜਿਹੜੀਆਂ ਭਾਰੀਆਂ ਚੀਜ਼ਾਂ ਹੁੰਦੀਆਂ ਬਹਿ ਜਾਂਦੀਆਂ, ਜਿਹੜੀਆਂ ਹਲਕੀਆਂ ਚੀਜ਼ਾਂ ਹੁੰਦੀਆਂ ਤੈਰਦੀਆਂ ਨੇ, ਅਤੇ ਸਾਡਾ ਉਹੀ ਹਿਸਾਬ ਆ, ਭਾਰੀਆਂ ਚੀਜ਼ਾਂ ਬੈਠੀਆਂ ਹਲਕੀਆਂ ਚੀਜ਼ਾਂ ਤੈਰ ਰਹੀਆਂ ਨੇ।